ਡੇਰਾ ਸਿਰਸਾ ਵੱਲੋਂ ਅਕਾਲੀ ਦਲ ਅਤੇ ਸਿੱਖ ਉਮੀਦਵਾਰਾਂ ਵੱਲੋਂ ਹਮਾਇਤ ਲੈਣ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਅਤੇ SGPC ਸਖ਼ਤ ਰੁੱਖ ਵਿੱਚ ਨਜ਼ਰ ਆ ਰਹੀ ਆ, ਜਿਸ ਨੂੰ ਲੈ ਕੇ SGPC ਦੇ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜੋ ਪੂਰੀ ਰਿਪੋਰਟ ਬਣਾ ਕੇ ਪੇਸ਼ ਕਰੇਗੀ। ਇਹ ਕਹਿਣਾ SGPC ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਦਾ। ਅੱਜ ਉਹ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਮੀਡੀਆ ਦੇ ਰੂਬਰੂ ਹੋਏ। ਇਸ ਮੌਕੇ ਪ੍ਰਧਾਨ ਵਡੂੰਗਰ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਉਹਨਾਂ ਨੂੰ ਇੱਕ ਚਿੱਠੀ ਮਿਲੀ ਆ ਜਿਸ ਦੇ ਆਧਾਰ ਤੇ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਜੋ ਮੀਡੀਆ ਵਿੱਚ ਆਈ ਰਿਪੋਰਟ ਅਤੇ ਵੀਡੀਓ ਗ੍ਰਾਫਿਕਸ ਦੇ ਆਧਾਰ ਤੇ ਕਾਰਵਾਈ ਕਰੇਗੀ। ਪ੍ਰੋਫੈਸਰ ਸਾਹਿਬ, ਅਕਾਲ ਦੇ ਬਾਰੇ ਦੱਸੋ ਕਿ ਜਿਹੜਾ ਡੇਰਾਵਾਲ ਲੈ ਕੇ ਤੁਸੀਂ ਪ੍ਰੈਸ ਕੀਤੀ, ਪਿਛਲੇ ਦਿਨੀ ਜੋ ਡੇਰਾ ਹੈ ਗੁਰਮੀਤ ਰਾਮ ਰਹੀਮ ਸਿੰਘ ਦਾ, ਉਹਦਾ ਵਿਵਾਦ ਜਿਹੜਾ ਉਹ ਚੱਲ ਰਿਹਾ ਸੀ ਕਿ ਕੁਝ ਮੈਂਬਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਜਿਹੜੇ ਨੇ ਉਹਨਾਂ ਦੇ ਡੇਰੇ ਦੇ ਗਏ। ਇਸ ਸੰਬੰਧੀ ਕੱਲ੍ਹ ਹੀ ਸਾਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਰਜੀਤ ਗੁਰਬਚਨ ਸਿੰਘ ਜੀ ਵੱਲੋਂ ਆਦੇਸ਼ ਆਇਆ ਕਿ ਇਹਦੇ ਬਾਰੇ ਪੂਰੀ ਪੜਤਾਲ ਕਰਕੇ ਜਿਹੜੀ ਵੀਡੀਓ ਦੀ ਰਿਪੋਰਟ ਆਈ ਹੈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਲਦੀ ਤੋਂ ਜਲਦੀ ਭੇਜੀ ਜਾਵੇ ਤਾਂ ਜੋ ਉਹਨਾਂ 'ਤੇ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ। ਉਹ ਅਸੀਂ ਉਹਦੇ ਪੱਤਰ ਆਉਣ ਤੋਂ ਥੋੜ੍ਹੇ ਸਮੇਂ ਬਾਅਦ ਹੀ ਜਿਹੜੀ ਕਮੇਟੀ ਦਾ ਗਠਨ ਕਰਤਾ ਜਿਹਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਬਲਦੇਵ ਸਿੰਘ ਜੀ ਕੈਮਪੁਰ ਹਰਿਆਣਾ ਔਰ ਸਰਦਾਰ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਰਦਾਰ ਗੁਰਚਰਨ ਸਿੰਘ ਗਰੇਵਾਲ ਮੈਂਬਰ ਅੰਦਰ ਕਮੇਟੀ, ਇਹ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਿੰਨੇ ਵੀ ਸਿੰਘ ਸਾਹਿਬ ਨੇ ਮੈਂਬਰ ਸਾਹਿਬਾਨ ਦੇ ਨਾਂ ਭੇਜੇ ਜਿਹੜੇ ਉੱਥੇ ਗਏ ਉਹਨਾਂ ਦੀ ਪੜਤਾਲ ਕਰਕੇ ਪੂਰੀ ਰਿਪੋਰਟ ਹੈ ਉਹ ਸਿੱਧੀ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦਿੱਤੀ ਜਾਵੇ। ਇਹ ਅਸੀਂ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਮਿਲਦੇ ਤੋਂ ਥੋੜ੍ਹੇ ਦੇ ਸਮੇਂ ਦੇ ਵਿੱਚ ਹੀ ਅਸੀਂ ਉਹਦਾ ਇਹ ਗਠਨ ਕਰਤਾ ਕਮੇਟੀ ਦਾ। ਸਰ ਇਸਦੇ ਵਿੱਚ ਕਿਉਂਕਿ ਡੇਰਾ ਨੇ ਜਿਹੜਾ ਹੈਗਾ ਅਕਾਲੀ ਦਲ ਨੂੰ ਵੀ ਸਪੋਰਟ ਕੀਤੀ ਸੀ, ਕੁਛ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਸਾਹਿਬਾਨਾਂ ਵੱਲੋਂ ਜਿਹੜਾ ਇਹ ਵੀ ਕਿਹਾ ਗਿਆ ਕਿ ਆਪਣਾ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਵੀ ਜਿਹੜਾ ਹੈਗਾ ਇਸ 'ਚ ਬੁਲਾਇਆ ਜਾਵੇਗਾ, ਕਿ ਇਸ 'ਤੇ ਵੀ ਤੁਸੀਂ ਕਿਹਨੂੰ ਸੱਦਣਾ? ਇਹ ਤਾਂ ਸਿੰਘ ਸਾਹਿਬ ਦੇ ਅਧਿਕਾਰ ਖੇਤਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਕਰਦੀ ਹੈ, ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਦੀ ਹੈ ਅਤੇ ਅਸੀਂ ਜੋ ਇੱਦਾਂ ਦੇ ਕੋਈ ਵਿਵਾਦ ਵਾਲੀਆਂ ਹੁੰਦੀਆਂ ਜੋ ਅਕਾਲ ਤਖ਼ਤ ਸਾਹਿਬ ਸਾਡੀ ਡਿਊਟੀ ਲਾਉਂਦੇ ਨੇ ਅਸੀਂ ਉਸ 'ਤੇ ਆਪਣੀ ਡਿਊਟੀ ਨਿਭਾਉਂਦਿਆਂ ਹੋਇਆ ਉਹਦੀ ਪੜਤਾਲ ਕਰਕੇ ਜੋ ਵੀ ਤੱਥ ਸਾਹਮਣੇ ਆਉਂਦੇ ਨੇ ਉਹਨਾਂ ਦੀ ਰਿਪੋਰਟ ਅਸੀਂ ਸਿੰਘ ਸਾਹਿਬਾਨ ਨੂੰ ਭੇਜਦੇ ਨੇ। ਉਹ ਕਾਰਵਾਈ ਕੀ ਕਰਨੀ ਹੈ ਨਹੀਂ ਕਰਨੀ ਹੈ ਇਹ ਉਹਨਾਂ ਦੇ ਅਧਿਕਾਰ ਖੇਤਰ ਦੀ ਹੈ, ਇਹਦੇ 'ਤੇ ਸ਼੍ਰੋਮਣੀ ਕਮੇਟੀ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਅਤੇ ਰਿਪੋਰਟ ਫਿਰ ਤੁਸੀਂ ਕਹਿੰਦੇ ਰਿਪੋਰਟ ਪਿਛਲੇ ਦਿਨ ਆਪਣੇ ਦੇਖਿਆ ਕਿ ਪਿਛਲੇ ਮਹੀਨੇ ਸਰਦਾਰ ਸਿਕੰਦਰ ਸਿੰਘ ਬਲੂਕਾ ਦੇ ਬਾਰੇ ਜੋ ਸ਼ਿਕਾਇਤ ਆਈ ਸੀ ਮੀਡੀਆ ਰਾਹੀਂ ਆਈ ਸੀ ਉਸ ਤੋਂ ਬਾਅਦ ਉਹਨਾਂ ਨੇ ਸਾਡੀ ਡਿਊਟੀ ਲਾਈ ਸੀ ਅਕਾਲ ਤਖ਼ਤ ਸਾਹਿਬ ਨੇ ਅਸੀਂ ਉਹਦੀ ਪੜਤਾਲ ਕਰਾ ਕੇ ਭੇਜਤੀ ਸੀ ਔਰ ਸਾਰੇ ਸੰਸਾਰ ਨੇ ਵੇਖਿਆ ਕਿ ਸਰਦਾਰ ਸਿਕੰਦਰ ਸਿੰਘ ਬਲੂਕਾ ਸਿੰਘ ਸਾਹਿਬਾਨ ਦੇ ਪੇਸ਼ ਹੋਏ ਉਹਨਾਂ ਨੂੰ ਸਜ਼ਾ ਲਾਈ ਗਈ ਸੀ ਤਨਖਾਹ ਲਾਈ ਗਈ ਸੀ ਅਤੇ ਇਸੇ ਤਰ੍ਹਾਂ ਇੱਕ ਜੋ ਪ੍ਰੋਸੀਜਰ ਪੁਰਾਣਾ ਇੱਕ ਰਵਾਇਤ ਚਲੀ ਆ ਰਹੀ ਆ ਉਸ ਅਨੁਸਾਰ ਅਸੀਂ ਕਮੇਟੀ ਦਾ ਗਠਨ ਕਰਤਾ ਔਰ ਸਾਡੀ ਜਿਹੜੀ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਜਿਹਨਾਂ ਜਿਹਨਾਂ ਦੇ ਬਾਰੇ ਉਹਨੇ ਕਿਹਾ ਜਾਂ ਵੀਡੀਓ 'ਚ ਆਈ ਹੋਈਆਂ ਰਿਪੋਰਟਾਂ ਨੇ ਉਸ ਅਨੁਸਾਰ ਉਹਨਾਂ ਦੀ ਸਾਰਿਆਂ ਦੀ ਪੜਤਾਲ ਕਰਕੇ ਜੋ ਵੀ ਮੌਕੇ ਤੋਂ ਤੱਥ ਪ੍ਰਾਪਤ ਹੋਣਗੇ ਵੀਡੀਓ ਕਲਿੱਪਿੰਗ ਹੋਰ ਸਾਰਾ ਅਖਬਾਰ ਨੇ ਜਾਂ ਮੌਕੇ ਦੇ ਗਵਾਹ ਨੇ ਕਰਕੇ ਪੂਰਾ ਪੜਤਾਲ ਕਰਕੇ ਉਹ ਸਿੱਧੀ ਜਿਹੜੀ ਰਿਪੋਰਟ ਹੈ ਉਹ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦੇਣਗੇ। ਮੈਂ ਕਿ ਅਣਦੇਖਿਆ ਨਹੀਂ ਕੀਤਾ ਜਾ ਸਕਦਾ ਕਿ ਸੁਖਬੀਰ ਬਾਦਲ ਸਾਹਿਬ ਨੂੰ ਵੀ ਜਿਹੜਾ ਹੈਗਾ ਇਸ 'ਚ ਬੁਲਾਇਆ ਜਾ ਸਕਦਾ ਹੈ ਜਾਂ ਉਹਨਾਂ 'ਤੇ ਵੀ ਜਿਹੜੀ ਹੈਗੀ ਗੱਲਬਾਤ ਕੀਤੀ ਜਾ ਸਕਦੀ ਹੈ? ਜੇ ਕੋਈ ਕੇਸ ਸੁਪਰੀਮ ਕੋਰਟ 'ਚ ਹੋਵੇ ਕੋਈ ਵਕੀਲ ਕੋਈ ਹੋਰ ਅਫਸਰ ਜਾਂ ਕੋਈ ਅਧਿਕਾਰੀ ਉਸ 'ਤੇ ਕਮੈਂਟ ਕਰੇ ਤਾਂ ਮੇਰੇ ਕੋਲ ਉਸ ਅਦਾਲਤ ਦੀ ਤੌਹੀਨ ਹੈ। ਇਹ ਸਿੰਘ ਸਾਹਿਬਾਨ ਨੇ ਦੇਖਣਾ ਉਹਨੇ ਕੀ ਕਾਰਵਾਈ ਕਰਨੀ ਹੈ। ਜੋ ਵੀਡੀਓ ਕਲਿੱਪਿੰਗ ਆਈਆਂ ਨੇ ਜਾਂ ਜੋ ਅਖਬਾਰਾਂ ਵਿੱਚ ਆਇਆ ਜਿਹਨਾਂ ਦਾ ਆਧਾਰ ਬਣਾ ਕੇ ਸਾਡੇ ਮੈਂਬਰ ਸਾਹਿਬਾਨ ਜਿਹੜੀ ਕਮੇਟੀ ਹੈ ਉਹਨਾਂ 'ਤੇ ਪੜਤਾਲ ਕਰੇਗੀ ਔਰ ਪੜਤਾਲ ਉਪਰੰਤ ਜੋ ਵੀ ਤੱਥ ਹੋਣਗੇ ਉਹਨਾਂ ਬਾਰੇ ਸਿੱਧੇ ਉਹ ਅਕਾਲ ਤਖ਼ਤ ਸਾਹਿਬ ਨੂੰ ਆਪਣੀ ਰਿਪੋਰਟ ਭੇਜ ਦੇਣਗੇ। ਅਗਲਾ ਕੰਮ ਅਕਾਲ ਤਖ਼ਤ ਜਥੇਦਾਰ ਸਾਹਿਬਾਨ ਦਾ ਪੰਜ ਸਿੰਘ ਸਾਹਿਬਾਨ ਦਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਹੈ 26 ਤਰੀਕ ਨੂੰ ਹੋਣ ਜਾ ਰਹੀ ਹੈ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਡੇਰੇ ਦੀ ਜਿਹੜੀ ਸਪੋਰਟ ਦੀ ਗੱਲ ਹੋਈ ਸੀ ਕਿ ਇਸਦਾ ਅਸਰ ਜਿਹੜਾ ਹੈਗਾ ਉਹ ਦਿੱਲੀ 'ਤੇ ਵੀ ਹੋ ਸਕਦਾ? ਦੇਖੋ ਜਿਹੜਾ ਬੋਰਡ ਦਾ ਸੰਬੰਧ ਹੈ ਉਹ ਪੰਜਾਬ ਵਿੱਚ ਵੀ ਚਾਰ ਦਸ ਵੋਟਾਂ ਪਈਆਂ ਨੇ
ਉਹ ਅੱਜ ਪਈਆਂ ਨੇ, ਹਮੇਸ਼ਾ ਵੋਟਾਂ ਪੈਂਦੀਆਂ, 1952 ਤੋਂ ਲੈ ਕੇ ਲਗਾਤਾਰ ਵੋਟਾਂ ਪੈਂਦੀਆਂ ਰਹੀਆਂ। ਕਦੇ ਇਹ ਬੰਦੇ ਦੇ ਮਨ ਦਾ ਸਵਾਲ ਹੈ, ਇਹਦਾ ਬੰਦੇ ਦੇ ਮਨ ਨਾਲ ਸੰਬੰਧ ਹੈਗਾ, ਇਹ ਉਹਦੇ ਆਪਣੀ ਇਹਦੀ ਸੀਕ੍ਰੇਸੀ ਹੈ, ਕੋਈ ਬੰਦਾ ਕਿਸੇ ਨੂੰ ਦੱਸਦਾ ਨਹੀਂ ਮੈਂ ਵੋਟ ਕਿੱਧਰ ਪਾਉਣੀ ਹੈ ਕਿਹਨੇ। ਇਹ ਅਸੈਸ ਕਰਨਾ ਬੜਾ ਮੁਸ਼ਕਲ ਹੁੰਦਾ ਅਤੇ ਇਹਦਾ ਕੋਈ ਅਸਰ ਹੋਵੇਗਾ ਨਹੀਂ ਹੋਵੇਗਾ, ਇਹ ਹਰ ਇੰਡੀਵਿਜੁਅਲ ਦਾ ਆਪਣਾ ਆਪਣਾ ਜਿਹੜਾ ਉਹ ਸੋਚ ਹੁੰਦੀ ਹੈ, ਉਸ ਅਨੁਸਾਰ ਜਿਹੜਾ ਹੈ ਮੇਰਾ ਖਿਆਲ ਹੈ ਕਿ ਦਿੱਲੀ ਦੇ ਜਿਹੜੇ ਸਿੱਖ ਨੇ ਜੋ ਇਹ ਕਮੇਟੀ ਇਸ ਵਾਸਤੇ ਕੰਮ ਕਰ ਰਹੀ ਹੈ, ਸਰਦਾਰ ਮਨਜੀਤ ਸਿੰਘ ਜੀ ਕੇ ਔਰ ਸਰਦਾਰ ਮਨਜਿੰਦਰ ਸਰਸਾ ਦੀ ਅਗਵਾਈ ਹੇਠ ਜੋ ਪਿਛਲੇ ਸਮੇਂ 'ਚ ਇਹਨਾਂ ਨੇ ਆਪਣੇ ਦਿਨ ਜੋ ਕੰਮ ਕੀਤੇ ਨੇ, ਜਿਹੜੇ ਪਹਿਲਾਂ ਕਦੇ ਸੋਚੇ ਵੀ ਨਹੀਂ ਜਾ ਸਕੇ, ਉਹ ਕੰਮ ਇੰਨੇ ਵੱਡੇ ਵੱਡੇ ਇਹਨਾਂ ਨੇ ਕੰਮ ਕੀਤੇ ਨੇ। ਮੈਂ ਕਿਹਾ ਦਿੱਲੀ ਦੇ ਸਿੱਖ ਸੰਗਤਾਂ ਦੀ ਮਰਜ਼ੀ ਔਰ ਮਨਸ਼ਾ ਅਨੁਸਾਰ ਹੀ ਹੋਏ ਰਹੇ ਅਤੇ ਉਹ ਨਿਸ਼ਚੇ ਹੀ ਉਹਨਾਂ ਕੰਮਾਂ ਨੂੰ ਉਹ ਦੀ ਮੁੱਲ ਪਾਉਣਗੇ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।